ਲਾਈਫ ਮੰਤਰਤਾ ਦਾ ਅਗਲਾ ਵਿਸ਼ਾ ਹੈ ਕੰਮ ਕਰਨ ਦਾ درست ਤਰੀਕਾ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਵਿਹਾਰਕ ਗੱਲ ਰੱਖਣ ਜਾ ਰਿਹਾ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਹਨੂੰ ਆਪੋ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਆਪਣੀਆਂ ਸਮਰਥਾਵਾਂ ਨੂੰ ਵਧਾਉਣ ਦੇ ਵਾਸਤੇ ਵਰਤੋਂ 'ਚ ਲਿਆਵੋਗੇ ਭਗਵਤ ਗੀਤਾ ਬਾਰੇ ਤਾਂ ਤੁਸੀਂ ਜਾਣਦੇ ਹੋ ਤੁਸੀਂ ਇਹਨੂੰ ਪੜ੍ਹਿਆ ਹੋਵੇਗਾ ਜੇਕਰ ਪੜ੍ਹਿਆ ਨਾ ਹੋਵੇ ਤਾਂ ਇਹਦੇ ਬਾਰੇ ਸੁਣਿਆ ਜ਼ਰੂਰ ਹੋਵੇਗਾ ਇਸ ਸੁਮੁੱਚੇ ਸੰਸਾਰ ਨੂੰ ਕਰਮ ਮਤਲਬ ਕੰਮ ਦਾ ਸੰਦੇਸ਼ ਦੇਣ ਵਾਲਾ ਸਰਬੋਤਮ ਗ੍ਰੰਥ ਹੈ ਕਰਮ ਹੀ ਪੂਜਾ ਹੈ ਤੇ ਨਿਸ਼ਕਾਮ ਕਰਮ ਹੀ ਸੱਚਾ ਸੰन्यास ਹੈ ਇਸ ਅਦਰਸ਼ ਦੀ ਸਥਾਪਨਾ ਗੀਤਾ ਨੇ ਕੀਤੀ ਹੈ ਜਦੋਂ ਅਸੀਂ ਕਰਮ ਦੀ ਗੱਲ ਕਰਦੇ ਹਾਂ ਤਾਂ ਜ਼ਿਆਦਾਤਰ ਹੁੰਦਾ ਹੈ ਕਿ ਸਿਰਫ ਕੰਮ ਦੀ ਗੱਲ ਰਹਿੰਦੀ ਹੈ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕਿਸੇ ਵੀ ਕਾਰਜ ਜਾਂ ਕਰਮ ਨੂੰ ਕਰਨ ਦਾ ਆਪਣਾ ਇੱਕ ਤਰੀਕਾ ਜਾਂ ਢੰਗ ਹੁੰਦਾ ਹੈ ਇਸੇ ਤਰੀਕੇ ਨੂੰ ਸਾਡੇ ਸ਼ਾਸਤਰਾਂ 'ਚ ਵਿਗਿਆਨ ਆਖਿਆ ਗਿਆ ਹੈ। ਰਿਗਵੇਦ ਵਿੱਚ ਗਿਆਨ ਤੇ ਵਿਗਿਆਨ ਦੋਵੇਂ ਸ਼ਬਦ ਆਏ ਹਨ। ਉਥੇ ਗਿਆਨ ਦਾ ਅਰਥ ਹੈ ਜਾਣਕਾਰੀ ਤੇ ਵਿਗਿਆਨ ਦਾ ਅਰਥ ਹੈ ਉਸ ਜਾਣਕਾਰੀ ਦਾ ਇਸਤੇਮਾਲ ਕਰਨਾ। ਇਸ ਤਰ੍ਹਾਂ ਸੀ ਵਿਗਿਆਨ ਨੂੰ ਐਪਲਾਈਡ ਨੋਲਿਜ ਆਖ ਸਕਦੇ ਆ। ਕਹਿਣ ਦਾ ਭਾਵ ਹੈ ਕਿ ਉਹ ਗਿਆਨ ਜਿਸ ਨੂੰ ਲਾਗੂ ਕੀਤਾ ਜਾ ਸਕੇ। ਇੱਥੇ ਸਪਸ਼ਟ ਹੈ ਕਿ ਜੇਕਰ ਅਸੀਂ ਗਿਆਨ ਦੀ ਵਰਤੋਂ ਨਹੀਂ ਕਰ ਰਹੇ ਹੋਵਾਂਗੇ ਤਾਂ ਉਹ ਬੇਅਰਥ ਹੈ ਗਿਆਨ ਦੀ ਵਰਤੋਂ ਅਸੀਂ ਤਾਂ ਹੀ ਕਰ ਸਕਦੇ ਹਾਂ ਜਦੋਂ ਕੋਈ ਕੰਮ ਕਰੀਏ ਤੇ ਕੋਈ ਵੀ ਕੰਮ ਤਾਂ ਹੀ ਪੂਰਾ ਹੋ ਸਕਦਾ ਹੈ ਜਦੋਂ ਉਹਨੂੰ ਵਿਗਿਆਨਕ ਢੰਗ ਨਾਲ ਕੀਤਾ ਜਾਏ ਜਦੋਂ ਅਸੀਂ ਕੋਈ ਵੀ ਕੰਮ ਚਾਹੇ ਉਹ ਝਾੜੂ ਲਾਉਣਾ ਭਾਂਡੇ ਮਾਂਜਣ ਕੱਪੜੇ ਧੋਣ ਦਾ ਕੰਮ ਹੀ ਕਿਉਂ ਨਾ ਹੋਵੇ ਸਹੀ ਤਰੀਕੇ ਨਾਲ ਕਰਦੇ ਹਾਂ ਤਾਂ ਨਾ ਸਿਰਫ ਕੰਮ ਛੇਤੀ ਨਿਪਟਦਾ ਹੈ ਬਲਕਿ ਵਧੀਆ ਵੀ ਹੁੰਦਾ ਹੈ ਇਹ ਕੋਈ ਘੱਟ ਵੱਡੀ ਗੱਲ ਨਹੀਂ ਹੈ ਜਦੋਂ ਕੰਮ ਛੇਤੀ ਹੁੰਦਾ ਹੈ ਵਧੀਆ ਢੰਗ ਨਾਲ ਹੁੰਦਾ ਹੈ ਤਾਂ ਸਾਨੂੰ ਉਸ ਕੰਮ ਨੂੰ ਕਰਨ ਵਿੱਚ ਬੋਰਿਅਤ ਨਹੀਂ ਹੁੰਦੀ ਬਲਕਿ ਦੇ ਉਲਟ ਉਸ ਕੰਮ 'ਚ ਆਨੰਦ ਆਉਣ ਲੱਗਦਾ ਹੈ ਜੇਕਰ ਕਿਸੇ ਕੰਮ ਨੂੰ ਕਰਨ 'ਚ ਆਨੰਦ ਆਉਣ ਲੱਗੇ ਤਾਂ ਇਸ ਤੋਂ ਵੱਡਾ ਤੋਹਫਾ ਭਲਾ ਹੋਰ ਕੀ ਹੋ ਸਕਦਾ ਤਾਂ ਆਓ ਜਾਣਦੇ ਹਾਂ ਤੋਬੀ ਤੇ ਮੁਨੀਮ ਦੀ ਇੱਕ ਛੋਟੀ ਜੀ ਕਹਾਣੀ ਇੱਕ ਸੇਟਜੀ ਦੇ ਕੋਲ ਇੱਕ ਮੁਨੀਮ ਸੀ ਤੇ ਇੱਕ ਥੋਬੀ ਸੀ ਥੋਬੀ ਗਦੇ ਤੇ ਕੱਪੜੇ ਲੱਦ ਕੇ ਨਦੀ ਤੇ ਜਾਂਦਾ ਗੱਠੜੀ ਭਰ ਕੱਪੜੇ ਧੋਂਦਾ ਫਿਰ ਲੱਦ ਕੇ ਘਰ ਮੋੜਾਂਦਾ ਉਹਦਾ ਸਾਰਾ ਦਿਨ ਖੱਪ ਜਾਂਦਾ ਸੀ ਇਸ ਵਿੱਚ ਤੇ ਜਦੋਂ ਕਿ ਮੁਨੀਮ ਜੀ 10 ਵਜੇ ਆਉਂਦੇ ਦਿਨ ਭਰ ਆਰਾਮ ਨਾਲ ਗੱਡੀ ਤੇ ਬੈਠੇ ਰਹਿੰਦੇ ਦਿਨ ਢਲਣ ਦੇ ਬਾਅਦ ਘਰ ਚਲੇ ਜਾਂਦੇ ਥੋਬੀ ਨੂੰ ਬਹੁਤ ਘੱਟ ਪੈਸਾ ਮਿਲਦਾ ਸੀ ਜਦ ਕਿ ਮੁਨੀਮ ਨੂੰ ਉਹ ਤੋਂ ਬਹੁਤ ਵੱਧ ਥੋਬੀ ਨੂੰ ਇਹ ਗੱਲ ਬੇਇਨਸਾਫੀ ਲੱਗੀ ਉਨੇ ਸੇਟ ਜੀ ਕੋਲ ਸ਼ਿਕਾਇਤ ਕੀਤੀ ਕਿ ਮੁਨੀਮ ਦਿਨ ਭਰ ਬੈਠਾ ਰਹਿੰਦਾ ਹੈ ਜਦ ਕਿ ਮੈਂ ਦਿਨ ਭਰ ਜੁੱਟ ਕੇ ਮਿਹਨਤ ਕਰਦਾ ਫਿਰ ਵੀ ਮੈਨੂੰ ਮੁਨੀਮ ਨਾਲੋਂ ਬਹੁਤ ਘੱਟ ਪੈਸੇ ਮਿਲਦੇ ਹੈ ਇੱਕ ਦਿਨ ਸੇਟ ਜੀ ਨੇ ਥੋਬੀ ਨੂੰ ਬੁਲਾਇਆ ਤੇ ਆਖਿਆ ਕਿ ਪਿੰਡ ਚ ਇੱਕ ਬਰਾਤ ਆਈ ਹੈ ਜਾ ਕੇ ਪਤਾ ਕਰੋ ਕਿ ਕਿੰਨੇ ਜਣੇ ਆਏ ਥੋਬੀ ਗਿਆ ਆ ਕੇ ਦੱਸਿਆ ਕਿ 200 ਲੋਕ ਆਏ ਹੈ ਸੇਟ ਜੀ ਨੇ ਪੁੱਛਿਆ ਕਿ ਜੰਜ ਕਿੱਥੋਂ ਆਈ ਹੈ ਥੋਬੀ ਫੇਰ ਗਿਆ ਤੇ ਵਾਪਸ ਆ ਕੇ ਦੱਸਿਆ ਰਾਮਪੁਰ ਤੋਂ ਆਈ ਹੈ ਸੇਟ ਜੀ ਨੇ ਪੁੱਛਿਆ ਕਿ ਬਰਾਤ ਕਿਹਦੇ ਘਰ ਆਈ ਹੈ ਤੋ ਬੀ ਫੇਰ ਗਿਆ ਤੇ ਵਾਪਸ ਆ ਕੇ ਦੱਸਿਆ ਕਿ ਸੇਠ ਚੰਦੂ لال ਜੀ ਦੇ ਘਰ ਆਈ ਹੈ ਸੇਠ ਜੀ ਨੇ ਫੇਰ ਪੁੱਛਿਆ ਬਰਾਤ ਰਾਮਪੁਰ ਕਦੋਂ ਵਾਪਸ ਜਾਏਗੀ ਤੋ ਬੀ ਫੇਰ ਗਿਆ ਤੇ ਵਾਪਸ ਆ ਕੇ ਬੋਲੇ ਕਿ ਪਰਸੋਂ ਉਹਦੇ ਸਾਹਮਣੇ ਸੇਠ ਜੀ ਨੇ ਮੁਨੀਮ ਨੂੰ ਬੁਲਾਇਆ ਤੇ ਆਖਿਆ ਕਿ ਮੁਨੀਮ ਜੀ ਪਤਾ ਕਰਕੇ ਆਓ ਕਿ ਬਰਾਤ ਵਿੱਚ ਕਿੰਨੇ ਜਣੇ ਆਏ ਹੈ ਮੁਨੀਮ ਜੀ ਗਏ ਵਾਪਸ ਆ ਕੇ ਬੋਲੇ ਕਿ 10 ਵਿਅਕਤੀ ਇਸਦੇ ਬਾਅਦ ਸੇਠ ਜੀ ਨੇ ਉਹੀ-ਉਹੀ ਸਾਰੇ ਸਵਾਲ ਮੁਨੀਮ ਤੋਂ ਪੁੱਛੇ ਜਿਹੜੇ ਧੋਬੀ ਨੇ ਪੁੱਛੇ ਸੀ। ਮੁਨੀਮ ਜੀ ਨੇ ਸਾਰੇ ਸਵਾਲਾਂ ਦਾ ਜਵਾਬ ਤੁਰੰਤ ਦੇ ਦਿੱਤਾ। ਇਥੋਂ ਤਾਂ ਕਿ ਜਦੋਂ ਸੇਠ ਜੀ ਨੇ ਹੋਰ ਵੱਧ ਜਾਨਣਾ ਚਾਹਿਆ ਤਾਂ ਉਹਨਾਂ ਸਾਰਿਆਂ ਦੇ ਜਵਾਬ ਵੀ ਮੁਨੀਮ ਜੀ ਦੇ ਕੋਲ ਮੌਜੂਦ ਸੀ। ਧੋਬੀ ਇਹ ਸਭ ਦੇਖ ਰਿਹਾ ਸੀ। ਉਹਨੇ ਸੇਠ ਜੀ ਕੋਲੋਂ ਮਾਫੀ ਮੰਗੀ ਤੇ ਕਿਹਾ ਸੇਠ ਜੀ ਮੈਂ ਸਮਝ ਗਿਆ ਕਿ ਮੁਨੀਮ ਜੀ ਦੀ ਤਨਖਾਹ ਮੇਰੇ ਨਾਲੋਂ ਕਿਉਂ ਵੱਧ ਹੈ। ਇਹ ਕਹਾਣੀ ਭਾਵੇਂ ਬਾਬਾ ਆਦਨ ਦੇ ਵੇਲੇ ਦੀ ਕਿਉਂ ਨਾ ਹੋਵੇ ਪਰ ਹੈ ਬਹੁਤ ਕੰਮ ਦੀ ਸਾਨੂੰ ਦੂਜਿਆਂ ਦੀ ਥਾਲੀ ਵਿੱਚ ਤਾਂ ਵੱਧ ਕੇ ਉਹ ਵਿਖਾਈ ਦਿੰਦਾ ਪਰ ਇਸ ਬਾਰੇ ਕਦੇ ਵੀ ਵਿਚਾਰ ਨਹੀਂ ਕਰਦੇ ਕਿ ਸਾਡੀ ਥਾਲੀ ਚ ਕਿਉਂ ਕਿਉਂ ਨਹੀਂ ਹੈ ਸਾਨੂੰ ਕੁਝ ਸਮਾਂ ਇਹ ਸੋਚਣ ਵਿੱਚ ਵੀ ਲਾਉਣਾ ਚਾਹੀਦਾ ਹੈ ਕਿ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਕਿਵੇਂ ਉਹਨੂੰ ਹੋਰ ਬਿਹਤਰ ਢੰਗ ਨਾਲ ਕਰੀਏ ਇਹਨੂੰ ਹੀ ਅੱਜ ਦੀ ਭਾਸ਼ਾ ਚ ਆਖਿਆ ਜਾਂਦਾ ਹੈ ਵੈਲਿਊ ਐਡੀਸ਼ਨ ਕਰਨਾ ਇਹੀ ਤਰੀਕਾ ਸਾਡਾ ਮੁੱਲ ਵਧਾ ਕੇ ਸਾਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਪਹੁੰਚਾ ਸਕਦਾ ਹੈ ਨਹੀਂ ਤਾਂ ਜੇਕਰ ਅਸੀਂ ਕੋਹਲੂ ਦੇ ਬਲਦ ਦੀ ਤਰ੍ਹਾਂ ਲੱਗੇ ਰਹਾਂਗੇ ਤਾਂ ਕੰਮ ਤਾਂ ਹੁੰਦਾ ਹੀ ਰਹੇਗਾ ਜ਼ਿੰਦਗੀ ਵੀ ਚੱਲਦੀ ਰਹੇਗੀ ਪਰ ਉਸ 'ਚ ਉਹ ਗੁਣਵੱਤਾ ਨਹੀਂ ਆਏਗੀ ਜੋ ਅਸਲ 'ਚ ਆਉਣੀ ਚਾਹੀਦੀ ਹੈ ਅਗਲਾ ਵਿਸ਼ਾ ਹੈ ਹਰ ਪਲ ਦੀ ਵਰਤੋਂ ਕਰਨ ਦਾ ਫਲ ਹੈ ਸਫਲਤਾ ਸਮੇਂ ਨੂੰ ਸਾਡੇ ਲੋਕ ਕਾਂ ਲਾਖਦੇ ਹੈ ਕਾਲ ਯਾਨੀ ਮੌਤ ਮੌਤ ਯਾਨੀ ਸਭ ਤੋਂ ਵੱਡਾ ਜਿਸ ਤੋਂ ਕੋਈ ਨਹੀਂ ਬਚ ਸਕਿਆ ਸਿਵਾਏ ਬ੍ਰਹਮਾ ਵਿਸ਼ਨੂ ਤੇ ਮਹੇਸ਼ ਦੇ ਤਾਂ ਹੀ ਤਾਂ 우ਜੈਨ ਦੇ ਸ਼ਿਵ ਨੂੰ ਮਹਾਕਾਲ ਕਿਹਾ ਜਾਂਦਾ ਹੈ ਸਮਾਂ ਹੀ ਤੈ ਕਜਿਆ ਵਸਤੂ ਹੈ ਜਿਹਨੂੰ ਦੇਨ ਵਿੱਚ ਭਗਵਾਨ ਤੱਕ ਨੂੰ ਬਰਾਬਰ ਦੀ ਦ੍ਰਿਸ਼ਟੀ ਰੱਖਣੀ ਪਈ ਹੈ ਭਗਵਾਨ ਨੇ ਸਾਰਿਆਂ ਨੂੰ ਇੱਕੋ ਜਿਹਾ ਸਮਾਨ ਦਿੱਤਾ ਚਾਹੇ ਉਹ ਸਮਰਾਟ ਹੋਵੇ ਜਾਂ ਸਾਰਥੀ ਰਥਵਾਨ ਇਥੇ ਬਟਵਾਰੇ 'ਚ ਕੋਈ ਭੇਦਭਾਵ ਵਿਖਾਈ ਨਹੀਂ ਦਿੰਦਾ ਜਿਹੜਾ ਭੇਦ ਸਾਨੂੰ ਵਿਖਾਈ ਦਿੰਦਾ ਉਹ ਇਸ ਗੱਲ ਦੇ ਕਾਰਨ ਕਿ ਕਿਸ ਵਿਅਕਤੀ ਨੇ ਆਪਣੇ ਸਮੇਂ ਦਾ ਕਿੰਨਾ ਤੇ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਿਸ ਨੇ ਸਮੇਂ ਨੂੰ ਬਹੁਤ ਵੱਡੀ ਇੱਕ ਪੂੰਜੀ ਸਮਝ ਕੇ ਉਹਦੀ ਢੰਗ ਸਿਰ ਵਰਤੋਂ ਕੀਤੀ ਉਹ ਸਮਰਾਟ ਬਣ ਗਿਆ ਜਿਨੇ ਉਹਨੂੰ ਊਂਜੀ ਜਾਣ ਦਿੱਤਾ ਉਹ ਸਾਰਥੀ ਬਣ ਗਿਆ ਇਸ ਲਈ ਤਾਂ ਸੰਤ ਕਬੀਰ ਨੇ ਲਗਭਗ 550 ਸਾਲ ਪਹਿਲਾਂ ਸਾਨੂੰ ਸਾਰਿਆਂ ਨੂੰ ਚੇਤੇ ਕਰਵਾਉਂਦੇ ਆਖਿਆ ਸੀ ਕਾਲ ਕਰੇ ਸੋ ਆਜ ਕਰ ਆਜ ਕਰੇ ਸੋ ਅਬ ਪਲ ਮੇ ਪਰਲੇ ਹੋਏਗੀ ਬਹਰ ਕਰੋਗੇ ਕਬ ਜਿੰਨੇ ਵੀ ਮਹਾਨ ਲੋਕ ਹੋਏ ਐ ਉਹਨਾਂ ਨੇ ਕਬੀਰ ਦਾਸ ਦੇ ਇਸ ਦੋਹੇ ਨੂੰ ਅੰਗੀਕਾਰ ਕਰ ਲਿਆ ਸੀ ਉਹ ਕਿਸੇ ਵੀ ਕੰਮ ਨੂੰ ਕੱਲ ਦੇ ਵਾਸਤੇ ਟਾਲਦੇ ਨਹੀਂ ਸਨ ਅਜਿਹੇ ਮਹਾਨ ਲੋਕਾਂ 'ਚ ਮਹਾਭਾਰਤ ਦੇ ਪਾਤਰ ਕਰਨ ਵੀ ਸ਼ਾਮਲ ਸਨ। ਆਓ ਜਾਣਦੇ ਹਾਂ ਮਹਾਨਦਾਨੀ ਕਰਨ ਨਾਲ ਜੁੜੀ ਇਹ ਛੋਟੀ ਜਿਹੀ ਘਟਨਾ। ਇੱਕ ਵਾਰ ਦੀ ਗੱਲ ਹੈ। ਕਰਨ ਆਪਣੇ ਦਰਬਾਰ 'ਚ ਬੈਠੇ ਸਨ। ਉਸੇ ਸਮੇਂ ਉਹਨਾਂ ਦੇ ਦਰਬਾਰ 'ਚ ਇੱਕ ਜਾਚਕ ਮਤਲਬ ਭਿਖਾਰੀ ਆਇਆ। ਭਿਖਾਰੀ ਨੇ ਆਪਣੇ ਹੱਥ ਫੈਲਾ ਕੇ ਕਰਨ ਤੋਂ ਦਾਨ ਮੰਗਿਆ। ਕਰਨ ਉਸ ਸਮੇਂ ਕੋਈ ਕੰਮ ਕਰ ਰਹੇ ਸਨ। ਜਾਚਕ ਦੀ ਆਵਾਜ਼ ਸੁਣ ਕੇ ਕਰਨ ਨੇ ਆਪਣਾ ਖੱਬਾ ਹੱਥ ਉਠਾਇਆ ਤੇ ਉਸ ਨਾਲ ਆਪਣੇ ਗਲੇ ਦਾ ਹਾਰ ਲਾ ਕੇ ਜਾਚਕ ਨੂੰ ਦੇ ਦਿੱਤਾ ਕਰਨ ਦੇ ਇਸ ਕਾਰਜ ਨੂੰ ਇੱਕ ਦਰਬਾਰੀ ਵੇਖ ਰਿਹਾ ਸੀ ਉਹਨੇ ਇਤਰਾਜ਼ ਜਤਾਉਂਦੇ ਆਖਿਆ ਮਹਾਰਾਜ ਗੁਸਤਾਖੀ ਮਾਫ ਹੋਵੇ ਤੁਸੀਂ ਜਾਣਦੇ ਹੋ ਕਿ ਖੱਬੇ ਹੱਥ ਨਾਲ ਦਾਨ ਨਹੀਂ ਦਿੱਤਾ ਜਾਣਾ ਚਾਹੀਦਾ ਜਾਣਦੇ ਹੋਏ ਵੀ ਤੁਸੀਂ ਇਹ ਧਰਮ ਕਿਉਂ ਕੀਤਾ ਕਰਨ ਨੇ ਉੱਤਰ ਦਿੱਤਾ ਜਾਚਕ ਨੇ ਜਦੋਂ ਮੈਥੋਂ ਦਾਨ ਮੰਗਿਆ ਉਸ ਸਮੇਂ ਮੇਰੇ ਆਸ-ਪਾਸ ਮੇਰੇ ਗਲੇ ਦੇ ਹਾਰ ਦੇ ਸਿਵਾ ਕੁਝ ਵੀ ਨਹੀਂ ਸੀ ਉਸ ਸਮੇਂ ਮੇਰਾ ਸੱਜਾ ਹੱਥ ਕੰਮ ਚੁਰਜਿਆ ਹੋਇਆ ਸੀ ਹੋ ਸਕਦਾ ਸੀ ਜੇਕਰ ਮੈਂ ਸੱਜੇ ਹੱਥ ਨੂੰ ਵਿਹਲਾ ਕਰਕੇ ਦਾਨ ਦੇਣ ਬਾਰੇ ਸੋਚਦਾ ਤਾਂ ਐਨੇ ਸਮੇਂ 'ਚ ਹੀ ਮੇਰਾ ਮਨ ਬਦਲ ਜਾਂਦਾ ਤੇ ਮੈਂ ਆਪਣਾ ਹਾਰ ਉਤਾਰ ਕੇ ਉਸ ਜਾਟਕ ਨੂੰ ਨਾ ਦੇ ਸਕਦਾ ਕੌਣ ਜਾਣੇ ਕਿ ਪਲ ਪਰਚ ਕੀ ਹੋ ਸਕਦਾ ਹੈ ਇਸ ਲਈ ਮੈਂ ਆਪਣੇ ਖੱਬੇ ਹੱਥ ਨਾਲ ਹੀ ਆਪਣੇ ਹਾਰ ਦਾ ਦਾਨ ਕਰ ਦਿੱਤਾ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਵਿਅਕਤੀ ਇੱਕ ਇੱਕ ਪਲ ਨੂੰ ਇੰਨਾ ਮਹੱਤਵ ਦਿੰਦਾ ਹੋਵੇ ਉਹਦੇ ਲਈ ਜ਼ਿੰਦਗੀ 'ਚ ਬਲੰਦੀਆਂ ਛੂਹ ਲੈਣੀਆਂ ਕੋਈ ਮੁਸ਼ਕਲ ਨਹੀਂ ਰਹਿ ਜਾਂਦੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਇੱਕ ਵਾਰ ਇਹਨੂੰ ਅਜ਼ਮਾ ਕੇ ਵੇਖੋ ਕਰਨਾ ਸਿਰਫ ਤੁਸੀਂ ਇਹ ਕਿ ਜਿਸ ਕੰਮ ਨੂੰ ਤੁਸੀਂ ਤੁਰੰਤ ਕਰ ਸਕਦੇ ਹੋ ਉਹਨੂੰ ਤੁਰੰਤ ਕਰ ਦਿਓ ਟਾਲੋ ਨਾ ਆਪਣੇ ਦਿਨ ਭਰ ਦੇ ਸਮੇਂ ਦੀ ਇੱਕ ਯੋਜਨਾ ਬਣਾ ਲਓ ਕਿ ਕੀ ਕੀ ਕਰਨਾ ਹੈ ਇਹਨਾਂ ਕੰਮਾਂ ਦੀ ਕੱਲ ਨਿਸ਼ਚਿਤ ਕਰ ਲਓ ਤੇ ਫਿਰ ਉਹਨਾਂ ਨੂੰ ਕਰਨ ਲੱਗੋ ਧੰਨਵਾਦ